ਸਾਡੇ ਕੋਲ ਨਾ ਗੁਰਦੇਵ ਸਿੰਘ ਨਾਂ ਦਾ ਇੱਕ ਬੰਦੇ ਨੇ ਰਾਤੀ ਬਿਆਨ ਲਿਖਾਇਆ ਵੀ ਮੇਰੀ ਜਿਹੜੀ ਪਿੰਡ ਆਪਣੇ ਹਵੀ ਵਾਲੇ ਪਿੰਡ ਜ਼ਮੀਨ ਹੈ ਮੇਰੇ ਮਾਮੇ ਦੀ ਜ਼ਮੀਨ ਹੈ ਉੱਥੇ ਵੀ ਹਵੀ ਵਾਲੇ ਦੇ ਕੁਝ ਬੰਦੇ ਜਿਹੜੇ ਉਹ ਨਜਾਇਜ਼ ਕਬਜ਼ਾ ਕਰ ਰਹੇ ਨੇ ਅਤੇ ਮੈਂ ਵੀ ਜਿਹੜਾ ਇੰਜਣ ਵਗੈਰਾ ਉੱਥੇ ਰੱਖਿਆ ਸੀਗਾ ਮੋਟਰ 'ਤੇ ਉਹ ਤੋੜ ਕੇ ਸਮਾਨ ਕੱਢ ਕੇ ਲੈ ਗਏ ਅਤੇ ਮੇਰੀ ਬੀਜੀ ਹੋਈ ਫਸਲ ਚਰੀ ਅਤੇ ਬਰਸੀਮ ਵਗੈਰਾ ਜਿਹੜਾ ਉਹ ਵੀ ਵੱਢ ਕੇ ਲੈ ਗਏ ਇਸ ਕਰਕੇ ਅਸੀਂ ਜਿਹੜਾ ਮਾਮਲਾ ਦਰਜ ਕਰ ਲਿਆ ਉਹਦੇ ਬਿਆਨ ਦੇ ਮੁਤਾਬਕ ਅਤੇ ਸੀਨੀਅਰ ਅਫਸਰਾਂ ਨੂੰ ਅਸੀਂ ਜਿਹੜਾ ਇਹਦੇ ਬਾਰੇ ਅੱਗੇ ਦੱਸ ਦਿੱਤਾ ਦੌਰਾਨੇ ਤਪਤੀ ਜੋ ਵੀ ਫੈਕਟ ਅੱਗੇ ਆਉਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ ਇਹੀ ਇਹ 10 ਆਪਣੇ 10-12 ਬੰਦੇ ਜਿਹੜੇ ਨੇ ਬਾਈ ਨੇਮ ਨੇ ਬਾਕੀ ਅਣਪਛਾਤੇ ਆ ਕੋਈ ਹਾਂਜੀ ਇਹ ਪਿੰਡ ਸਾਰੇ ਹਬੀਬ ਵਾਲੇ ਦੇ ਨੇ ਜੋ ਵੀ ਅੱਗੇ ਤਫਤੀਸ਼ ਦੇ ਦੌਰਾਨ ਫੈਕਟ ਆਉਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਅੱਗੇ ਲਿਆਵਾਂਗੇ ਜੇ ਇਹਦਾ ਹੱਕ ਬਣਦਾ ਹੈ ਇਹਨੂੰ ਮਿਲੂਗਾ ਜੇ ਪਿੰਡ ਵਾਲਿਆਂ ਦਾ ਹੱਕ ਬਣਦਾ ਤਾਂ ਪਿੰਡ ਵਾਲਿਆਂ ਦੇ ਹੱਕ 'ਚ ਸੂਟ ਕਰਾਂਗੇ। ਗੁਰਚਰਨ ਸਿੰਘ ਮੇਰਾ ਨਾਮ ਜੀ ਮੇਰਾ ਘਰ ਹੈਗਾ ਨਾਲ ਕਿੰਨੇ ਕੁ ਬੰਦੇ ਛੜੇ ਇਹ ਜੀ ਸਾਰਾ ਪਿੰਡ ਹੀ ਆ ਗਿਆ ਸੀ ਇੱਥੇ ਜੀ ਹਾਂਜੀ ਕਬਜ਼ਾ ਕਰਨ ਲਈ ਕੋਈ ਡਾਂਗਾ ਲਈ ਜਾਂਦੇ ਕੋਈ ਮੇਰੇ ਆਪ ਗੱਲ ਹਾਂਜੀ ਵਾਹਵਾ ਗਾਲ ਪੈ ਨੇ ਮੈਨੂੰ ਧੱਕਾ ਮੁੱਕੀ ਮਾਰੀ ਨੇ ਤੇ ਜੀਐਫਸੀ ਦੇ ਕੋਲ ਗਿਆ ਸੀ ਮੈਂ ਪੁਲਿਸ ਪ੍ਰਸ਼ਾਸਨ ਨੇ ਆ ਕੇ ਮੌਕਾ ਸੰਭਾਲਿਆ ਹਾਂਜੀ ਮੌਕਾ ਸੰਭਾਲਿਆ ਉਹਨਾਂ ਦੇ ਆਖੇ ਨਹੀਂ ਲੱਗੇ ਜੀ ਇਹ ਅਤੇ ਆਪਦੀ ਮਨ ਮਰਜ਼ੀ ਕਰਦੇ ਕਹਿੰਦੇ ਅਸੀਂ ਕਬਜ਼ਾ ਲੈ ਕੇ ਜਾਣਾ ਆ ਜਾਓ ਕਿਹੜਾ ਤੈਨੂੰ ਮੈਣਾ ਮਾਰ ਕੁੱਟ ਕਰਨੇ ਤੂੰ ਆ ਵਿੱਚ ਰੋਕ ਤੂੰ ਜੀਐਫਸੀ ਜੇ ਕਾਫੀ ਦੇਰ ਦੇ ਹੈਗੇ ਆਪਣੇ ਧੱਕਾ ਕਰ ਰਹੇ ਐਵੇਂ 420 ਹਾਂਜੀ ਹਾਂਜੀ ਹੋਰ ਵੀ ਆ ਛੱਪੜ ਦਾ ਕੀਤਾ ਜੀ ਇਹਨਾਂ ਅਤੇ ਆ ਪਿੰਡ ਦੇ ਵਿੱਚ ਹੱਡਾ ਰੋੜੀ ਬਣਾਈ ਜਾਂਦੇ ਨਾਲ ਹੀ ਬੰਦੇ ਜੀ ਪਿੰਡ ਦੇ ਹੈਗੇ ਪੰਚਾਇਤ ਸਲਾਹ ਲਓ ਕੋਈ ਮੌਜੂਦਾ ਹਾਂਜੀ ਮੌਜੂਦਾ ਪਿੰਡ ਦੇ ਹੈਗੇ ਗੁੰਡੇ ਨਾਲ ਗੁੰਡਾਗਰਦੀ ਵੀ ਕਰਦੇ ਆ ਗੁੰਡੇ ਵੀ ਹੈ ਜੀ ਨੰਗੀਆਂ ਤਲਵਾਰਾਂ ਲੈ ਤੇ ਅਤੇ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਡੇ ਇੱਥੇ ਸ਼ਮਸ਼ਾਨ ਘਾਟਾ ਲਾਗੇ ਹੈਗਾ ਹੈ ਅਤੇ ਕੋਈ ਨਹੀਂ ਬਣਨਾ ਚਾਹੀਦਾ ਇਹੋ ਹੀ ਚੱਲਣਾ ਚਾਹੀਦਾ ਹਾਂਜੀ ਇਹ ਸ਼ਮਸ਼ਾਨ ਘਾਟ ਦੇ ਨਾਲ ਕਰਕੇ ਪਹਿਲੀ ਤੇ ਧੱਕਾ ਕਬਜ਼ਾ ਕਰਦੇ ਜੀ ਪਹਿਲਾਂ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਕੀ ਹੋਇਆ ਕਿਸੇ ਜਿਹੜੇ ਜ਼ਮੀਨ ਤੇ ਕਬਜ਼ਾ ਕੌਣ ਕਰ ਰਿਹਾ ਇਹ ਕਬਜ਼ਾ ਕੁਝ ਸ਼ਰਾਰਤੀ ਅਨਸਰ ਸੀਗੇ ਇਸੇ ਪਿੰਡ ਦੇ ਨੇ ਹਬੀਬ ਵਾਲੇ ਪਿੰਡ ਦੇ ਉਹ ਕੱਲ ਜ਼ਬਰਦਸਤੀ ਆ ਕੇ ਗੁੰਡਾਗਰਦੀ ਕਰਕੇ ਅਤੇ ਇੱਥੇ ਕਬਜ਼ਾ ਕਰਨ ਆਏ ਸੀਗੇ ਇਹਦੇ ਵਿੱਚ ਜ਼ਮੀਨ ਇਹ ਆਪਣੀ ਹੈ ਜੀ ਕਾਫੀ ਟਾਈਮ ਤੇ ਕਾਸ਼ਤ ਕਰ ਰਹੇ ਹਾਂ ਅਸੀਂ ਇਹ ਜ਼ਮੀਨ 'ਤੇ ਇਹਨਾਂ ਨੇ ਕੱਲ੍ਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਇਹਦੇ 'ਤੇ ਕਬਜ਼ਾ ਕਰ ਲਾਂਗੇ ਜੈਸੀ ਵੀ ਮੌਕੇ 'ਤੇ ਚੱਲ ਰਹੀ ਸੀ ਮੌਕੇ 'ਤੇ ਸਾਰੇ ਆਫਿਸਰ ਆਏ ਸੀਗੇ ਪੁਲਿਸ ਆਫਿਸਰ ਆਏ ਸੀ ਮੌਕਾ ਵੇਖ ਕੇ ਗਏ ਨੇ ਸਾਰੇ ਜਿਹਦੇ ਖਿਲਾਫ਼ ਉਹਨਾਂ ਦੇ ਖਿਲਾਫ਼ ਪਰਚਾ ਦਰਜ ਹੋਇਆ ਇਹ ਜ਼ਬਰਦਸਤੀ ਕਰਨਾ ਚਾਹੁੰਦੇ ਸੀ ਇਹ ਕਹਿੰਦੇ ਸੀ ਜੀ ਇਹ ਗੁੰਡਾਗਰਦੀ ਕਾਫੀ ਟਾਈਮ ਤੋਂ ਕਰਦੇ ਆ ਰਹੇ ਨੇ ਜੀ ਇਹਨਾਂ ਦੀ ਗੁੰਡਾਗਰਦੀ ਪਹਿਲੀ ਵਾਰ ਨਹੀਂ ਹੋਈ ਕਾਫੀ ਟਾਈਮ ਤੋਂ ਹੀ ਹੋ ਰਹੀ ਹੈ ਕਾਫੀ ਟਾਈਮ ਤੋਂ ਤੁਸੀਂ ਸੁਣਿਆ ਹੋਣਾ ਪ੍ਰੈਸ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਐਸਟੀਐਫ ਮੁਲਾਜ਼ਮਾਂ ਦੇ ਗੱਲ ਪਏ ਸੀ ਐਸਐਚਓ ਦੇ ਪਏ ਸੀ ਸਾਰਿਆਂ ਦੇ ਗੱਲ ਹੋਏ ਕਿਉਂਕਿ ਇਹਨਾਂ ਦੀ ਗੁੰਡਾਗਰਦੀ ਕਰਕੇ ਵੀ ਇਹਦੀ ਗੁੰਡਾਗਰਦੀ ਕਰਕੇ ਅਸੀਂ ਜ਼ਬਰਦਸਤੀ ਜੋ ਵੀ ਇਹ ਵੀ ਕਬਜ਼ਾ ਕਰ ਲਾਂਗੇ ਅਤੇ ਅਸੀਂ ਇਹ ਸਰ ਹੋਰ ਨਹੀਂ ਦੇਵਾਂਗੇ ਹਾਂ ਮੌਕੇ 'ਤੇ ਪੁਲਿਸ ਸਾਰੀ ਪਹੁੰਚੀ ਜੀ ਉਹਨਾਂ ਸਾਰਾ ਮੌਕਾ ਵੇਖਿਆ ਜੀ ਹਾਂਜੀ ਕਾਰਵਾਈ ਕੀਤੀ ਗਈ ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋ ਗਿਆ ਜੀ ਹਾਂਜੀ।